ਟੀਵੀ ਪੰਜਾਬ ਕਲਚਰ ਤੋਂ ਰਹੀ ਗੱਲ ਕਰ ਰਹੀਆਂ ਤੁਹਾਡੀ ਮੇਜ਼ਬਾਨ ਔਰ ਮੈਂ ਇੱਥੇ ਹਰੀਆਲੀ ਦੇ ਕਰੀਬ ਵੀਡੀਓ ਬਣਾਈ ਹੈ ਤਾਂ ਕਿ ਪੰਜਾਬ ਕਲਚਰ ਵੀ ਵਾਜ਼ੇ ਹੋਵੇ ਮਾਸ਼ਾਅੱਲਾ ਅ ਇਹ ਗ੍ਰੀਨੀ ਬਹੁਤ ਪਿਆਰੀ ਲੱਗ ਰਹੀ ਹੈ ਤੇ ਮੈਂ ਜਿਹੜਾ ਮਜੀਦ ਇੱਕ ਟੌਪਿਕ ਲੈ ਕੇ ਆਈਆਂ ਉਹ ਤੁਹਾਨੂੰ ਪਤਾ ਹੀ ਹੋਏਗਾ ਕਿ ਜਿਸ ਤਰ੍ਹਾਂ ਅੱਜਕੱਲ ਬੱਚੇ ਅਗਵਾ ਕਰਨ ਵਾਲਾ ਜਿਹੜਾ ਮਾਫੀਆ ਸਰਿਆਮ ਹੋ ਗਿਆ ਯਾਨੀ ਸਰਗਰਮ ਹੋ ਗਿਆ ਔਰ ਕਾਫੀ ਬੱਚੇ ਕਿਡਨਾਪ ਹੋ ਰਹੇ ਨੇ ਔਰ ਉਸ ਚੀਜ਼ ਨੇ ਨੈਗੇਟਿਵ ਅਸਰਤ ਹੋ ਰਹੇ ਨੇ ਕਿ ਯਾਨੀ ਕਿ ਜਿਹੜੇ ਮਜ਼ਦੂਰ ਤਬਕਾ ਮਿਹਨਤ ਮਜ਼ਦੂਰੀ ਕਰ ਰਹੇ ਨੇ ਉਹਨਾਂ ਦੀ ਮਜ਼ਦੂਰੀ ਤੱਕ ਬੰਦ ਹੋ ਗਈ ਹੈ ਜੈਸਾ ਕਿ ਤੁਸੀਂ ਜਾਣਦੇ ਹੋ ਕਿ ਸਖਤੀ ਇਤਨੀ ਹੋ ਗਈ ਹੈ ਕਿ ਕੋਈ ਵੀ ਫੈਮਿਲੀ ਭਰੋਸਾ ਨਹੀਂ ਕਰਦੀ ਇਸ ਲਈ ਕਿ ਬੱਚੇ ਅਗਵਾ ਕਰਨ ਵਾਲੇ ਜਿਹੜੇ ਕਿਡਨਾਪਰ ਨੇ ਅਕੇ ਪਿੱਛੇ ਘੁੰਮਨੇ ਦੇ ਤੇ ਮੇਰਾ ਗੱਲ ਕਰਨ ਦਾ ਮਕਸਦ ਇਹ ਹੈ ਕਿ ਜਿਹੜਾ ਮਜ਼ਦੂਰ ਤਬਕਾ ਉਹ ਵੀ ਇਹ ਕਿਡਨੈਪਰ ਦੀ وجہ ਤੋਂ ਪਿਸਰਿਆ ਜ਼ਾਹਿਰ ਹੈ ਜਦੋਂ ਉਹ ਕਮਾਣਗੇ ਨਹੀਂ ਤਾਂ ਉਹਨਾਂ ਦੇ ਬੱਚੇ ਕਿੱਥੋਂ ਖਾਣਗੇ ਔਰ ਨਾਕਾਬੰਦੀ ਵੀ ਨਹੀਂ ਹੈ ਸਹੀ ਸਖਤੀ ਨਹੀਂ ਹੋ ਰਹੀ ਯਾਨੀ ਕਿ ਕੁਝ ਇਸ ਤਰ੍ਹਾਂ ਸਿਸਟਮ ਹੋਣਾ ਚਾਹੀਦਾ ਕਿ ਹਰ ਜਿਹੜਾ ਫਿਰ ਕਰਨ ਵਾਲਾ ਮਜ਼ਦੂਰ ਤਬਕਾ ਜਾਂ ਕਿ ਇਸ ਤਰ੍ਹਾਂ ਦਾ ਉਹ ਆਪਣਾ ਅਧਿਕਾਰ ਨਾ ਰੱਖਣ ਔਰ ਕੋ ਅਟੈਸਟਡ ਕੋਈ ਵੀ ਚੀਜ਼ ਉਹਨਾਂ ਕੋਲ ਮੌਜੂਦ ਹੋਣੀ ਚਾਹੀਦੀ ਤਾਂਕਿ ਉਹਨਾਂ ਦੀ ਰੋਜ਼ੀ ਨਾ ਰੁਕੇ ਜ਼ਾਇਰਾ ਮਜ਼ਦੂਰ ਤਬਕਾ ਜਦੋਂ ਤੱਕ ਕਮਾ ਕੇ ਨਹੀਂ ਲੈ ਆਵੇਗਾ ਉਹਨਾਂ ਦੇ ਬੱਚੇ ਕਿੱਥੋਂ ਖਾਣਗੇ ਕਿਉਂਕਿ ਕਾਫੀ ਮਜ਼ਦੂਰ ਤਬਕਾ ਪਰੇਸ਼ਾਨ ਹੋ ਰਿਹਾ ਐਸ ਤੋਂ ਕਿ ਸਖਤੀ ਦੀ ਵਜ੍ਹਾ ਤੋਂ ਕੋਈ ਸਨਮਨ ਲਿਆ ਵਿੱਚ ਇੰਟਰ ਨਹੀਂ ਹੋਣ ਦੇ ਰਿਹਾ ਔਰ ਉਹਤੇ ਫੜ ਕੇ ਮਾਰਨ ਸ਼ੁਰੂ ਹੋ ਜਾਂਦੇ ਨੇ ਔਰ ਮੇਰੀ ਰਿਕਵੈਸਟ ਹੈ ਕਿ ਇਨਵੈਸਟੀਗੇਸ਼ਨ ਲਾਜ਼ਮੀ ਹੋਣੀ ਚਾਹੀਦੀ ਹੈ ਅਗਰ ਕੋਈ ਵੀ ਮਜ਼ਦੂਰ ਅਗਰ ਕਿਸੇ ਬੋ ਮਹੱਲੇ ਵਿੱਚ ਇੰਡਰ ਹੋਣ ਦਾ ਮਜ਼ਦੂਰੀ ਕਰਨ ਲਈ ਤੇ ਉਹਨਾਂ ਦੀ ਤਸਦੀਕ ਕੀਤੀ ਜਾਵੇ ਔਰ ਤਸ